ज्योत्रा जी आगे बढ़ो, हम तुम्हारे साथ हैं। दीप ज्योत्रा जी आगे बढ़ो, हम तुम्हारे साथ हैं। अच्छा सारे भैन भाई नमस्कार, मेरा सत श्री अकाल साहब। सब तो पहला गल है कि थोड़े अज ग्रां दे विच आही कोई वार्ड नहीं छड्डी आ, ते काम दसने ब्लाक दे और मिगी उस पार्टियां अपने फंड दसने जेड़े उन्हां मेरे पिंड च ला देना। ਅੱਜ ਤੁਹਾਨੂੰ ਪ੍ਰਣ ਲੈਣਾ ਚਾਹੀਦਾ, ਅੱਜ ਸਦੀਪ ਜੋਤਰਾ ਬਾਈ ਦਾ ਪ੍ਰਣ ਅਸੀਂ ਪੂਰਾ ਕਰਨਾ, ਉਹਦਾ ਗਿਫਟ ਦੇਣਾ ਨੇ, ਜਿਤਾਈਆ ਲੈਣਾ ਅਸੈਂਬਲੀ ਦੇ ਵਿੱਚ। ਔਰ ਆਪਣੇ ਮੇਰੀ ਭਰਾਵੋ ਭੈਣੋ ਮਾਤਾ ਜੋ ਵੀ ਬਜ਼ੁਰਗੋ ਮੇਰੀ ਗੱਲ ਸੁਣੋ, ਇਹ ਸਾਂਝੇ ਨਾ ਸਾਡੇ ਜਿਹੜੇ ਮਜੋਤਰਾ ਸਾਹਿਬ ਸਾਂਝੇ ਨਾ ਸਾਰੇ ਤੁਹਾਡੇ ਭਰਾ ਦਾ ਭੈਣ ਦਾ ਹਰ ਇੱਕ ਇਨਸਾਨ ਦੇ ਸਾਂਝੇ ਭਰਾ ਨੇ। ਔਰ ਤੁਸੀਂ ਇਹਦੇ ਘਰ ਜਾਓ ਜਿਸੇ ਮਰਜ਼ੀ, ਹਾਲੇ ਤੱਕ ਵੀ ਤੁਸੀਂ ਇੱਥੇ ਬੈਠੇ ਨਾ ਸਰ, ਇਹਦੇ ਘਰ ਜਾ ਕੇ ਇਹਦਾ ਦਰਵਾਜ਼ੇ ਪੂਰੇ ਖੁੱਲੇ ਹੋਣੇ, ਅਸੀਂ ਇੱਥੋਂ ਬਣਨੇ ਸਿੱਧੇ ਤੇ ਕਿਚਨ ਚ ਚੱਲੀ ਨੇ। ਦੇਖੋ ਸਾਨੂੰ ਕੋਈ ਪੁੱਛ ਮੰਗ ਨਹੀਂ ਹੁੰਦੀ ਆ, ਅਸੀਂ ਹਰ ਦੂਸਰੇ ਬੰਦੇ ਕੋਲ ਜਾ ਕੇ ਦਰਵਾਜ਼ੇ ਕੋਲ, ਪਹਿਲੇ ਸਾਨੂੰ ਗੇਟ ਚਾਹੇ ਟੱਪਣ ਦਿੰਦਾ ਕੋਈ, ਔਰ ਗੇਟ ਚਾਹ ਜਾਈਏ ਪਹਿਲਾਂ ਇੱਥੇ ਪਹਿਲਾਂ ਕੌਣ ਆਇਆ ਬੰਦਾ, ਕੋਈ ਵੀ ਉਹ ਆਇਆ, ਲੇਕਿਨ ਉਸ ਦਾ ਘਰ ਆਂਦੀ ਨਹੀਂ ਰਹਿਣ, ਆਖਿਆ ਜਨਾਬ ਘਰ ਨਹੀਂ ਆ ਸਾਹਿਬ, ਆਖਿਆ ਮਤਲਬ ਇਹ ਮੌਕਾ ਨਹੀਂ ਗਵਾਓ, ਇਹ ਤੁਹਾਨੂੰ ਬਾਰ ਬਾਰ ਜਿਹੜਾ ਮੌਕਾ ਨਹੀਂ ਗਵਾਉਣਾ, ਇਹ ਪਹਿਲਾ ਔਰ ਲਾਸਟ ਆਖਿਰ ਮੌਕਾ ਹੈ, ਅਗਰ ਇਹ ਮੌਕਾ ਚੱਲਿਆ ਤੁਸੀਂ 20 ਸਾਲ ਮੁੱਲੇ ਪਿੱਛਾ ਚੱਲੀ ਜਾਣਾ ਹੈ। ਗੱਲ ਇਹ ਹੈ ਕਿ ਅੱਜ ਬੜੀ ਖੁਸ਼ੀ ਦਾ ਦਿਨ ਆਇਆ ਹੈ ਕਿ ਕੋਈ 10 ਸਾਲ ਬਾਅਦ ਦੁਬਾਰਾ ਕੋਈ ਇਲੈਕਸ਼ਨ ਹੋਣ ਲੱਗੀ ਨੇ, ਇਸ ਚੀਜ਼ ਦਾ ਸਾਨੂੰ ਬੜੀ ਚੀਜ਼ ਦਾ ਮਤਲਬ ਇੰਤਜ਼ਾਰ ਰਹਾ, ਉਹ ਇੰਤਜ਼ਾਰ ਦੀ ਘੜੀ ਜਿਹੜੀ ਅੱਜ ਆਈ ਹੋਈ ਹੈ। 20-25 ਸਾਲ ਦਾ ਸਟਰਗਲ ਜਿਹੜਾ ਕਰਦੇ ਰਹੇ ਸਾਰਾ ਮੌਕਾ ਮਤਲਬ ਸਾਥ ਦਿੱਤਾ ਤਾਂ ਹੈ, ਲੇਕਿਨ ਇੰਨਾ ਸਾਥ ਨਹੀਂ ਦਿੱਤਾ ਹੈ, ਲੇਕਿਨ ਜਿਹੜੀ ਕਸਰ ਜਿਹੜੀ ਪਿੱਛੇ 20-25 ਸਾਲ ਦੀ ਰਹੀ ਦੀ ਆ ਉਹ ਹੁਣ ਪੂਰੀ ਕਰਨ ਦੀ ਵਾਰੀ ਆਈ ਹੈ। ਠੀਕ ਹੈ ਨਾ, ਬੜੇ ਪਾਰਟੀਆਂ ਸਾਰੀਆਂ ਜਿਹੜੀਆਂ ਮੈਨੀਫੈਸਟੋ ਬਣਾ ਦੀਆਂ ਨੇ, ਲੇਕਿਨ ਸਾਡੇ ਸਿੱਧੀ ਮਜੋਤਰਾ ਦਾ ਕੋਈ ਮੈਨੀਫੈਸਟੋ ਅੱਜ ਤੱਕ ਨਹੀਂ ਬਣਿਆ। ਉਹ ਕਿਉਂ ਨਹੀਂ ਬਣਿਆ? ਕਿ ਇਹਦਾ ਮੈਨੀਫੈਸਟੋ ਜਿਹੜਾ 20-25 ਸਾਲ ਦਾ ਆਲਰੇਡੀ ਤਿਆਰ ਹੈ, ਲੇਕਿਨ ਉਹ ਜਿਹੜਾ ਮੌਕਾ ਜਿਹੜਾ ਨਹੀਂ ਮਿਲਿਆ ਪੂਰਾ ਕਰਨ ਦਾ, ਮਤਲਬ ਕਿ ਮੌਕਾ MLA ਬਣਨ ਦਾ ਮੌਕਾ ਮਿਲਿਆ ਹੀ ਨਹੀਂ ਹੈ, ਲੇਕਿਨ ਉਹ ਜਿਹੜਾ ਮੈਨੀਫੈਸਟੋ ਸਾਡੇ ਦਿਲ ਦੇ ਵਿੱਚ ਹੈ, ਸੰਦੀਪ ਸਰ ਦੇ ਦਿਲ ਦੇ ਵਿੱਚ ਆ, ਉਹ ਪੂਰਾ ਕਰਨ ਦਾ ਮੌਕਾ ਇਹ ਹੋਣਾ ਹੈ ਕਿ ਇਹ ਨਹੀਂ ਹੈ ਅਸੈਂਬਲੀ 'ਚ ਭੇਜ ਕੇ, ਔਰ ਬੜੀ ਚੜੀਆ ਸਾਰੇ ਦਾ ਸਾਥ ਦਿਓ, ਔਰ ਇਸ ਤੇ ਮਤਲਬ ਭਾਰੀ ਜਿਹੜੇ ਬੇਰੁਜ਼ਗਾਰ ਯੁਵਾ ਨੇ ਉਹਦੀ ਆਵਾਜ਼ ਉਠਾਉਣਗੇ, ਮਤਲਬ ਸਾਰੀ ਜਿਹੜੀ ਸਮੱਸਿਆ ਜਿਹੜੀ ਸੰਦੀਪ ਸਰ ਹੋਰੀ ਹੱਲ ਕਰ ਸਕਦੇ ਨਾ, ਔਰ ਕੋਈ ਨਹੀਂ ਹੱਲ ਕਰ ਸਕਦਾ, ਤੇ ਇਸ ਹੱਲ ਕਰਨ ਵਾਸਤੇ ਸਾਨੂੰ ਇਹਦਾ ਬੜੀ ਚੜੀਆ ਸਾਥ ਦੇਣਾ ਪੈਣਾ ਹੈ, ਔਰ ਬੜੀ ਚੜੀਆ ਵੋਟਿੰਗ ਕਰਨਾ ਪੈਣੀ ਹੈ। ਇਸੀ ਕਾਰਨ ਸਾਰੇ ਭੈਣਾਂ ਅੱਗੇ ਔਰ ਬਜ਼ੁਰਗਾਂ ਅੱਗੇ ਸਾਰਾ ਅੱਗੇ ਬੇਨਤੀ ਹੈ, ਆਪਣੇ ਰਿਸ਼ਤੇਦਾਰ ਦਾ ਅੱਗੇ ਪਿੱਛਾ ਜਿੱਥੇ ਵੀ ਹੈ ਸਾਰੀ ਮੈਸੇਜ ਦਿਓ ਵੀ ਇਸ ਵਾਰੀ ਮੌਕਾ ਜਿਹੜਾ ਬੜੀ ਚੜੀਆ ਜਿਹੜਾ ਦੇਣਾ ਹੈ ਉਹ ਸੰਦੀਪ ਸਰ ਨੂੰ ਨਹੀਂ ਦੇਣਾ ਹੈ, ਸਾਰੇ ਅੱਗੇ ਇਹ ਰਿਕੁਐਸਟ ਹੈ ਵੀ ਇੱਕ ਵਾਰੀ ਮੌਕਾ ਇਸ ਵਾਰੀ ਮੌਕਾ ਸਾਡੇ ਕੋਲ ਜਬਰਦਸਤ ਮੌਕਾ, ਇਹ ਮੌਕਾ ਨਹੀਂ ਗਵਾਉਣਾ, ਜ਼ਿੰਦਗੀ ਚ ਸਾਨੂੰ ਨਾ ਲੱਭਣਾ ਤੇ ਨਾ ਆਉਣਾ। ਇਹਦੇ ਫਾਦਰ ਸਾਹਿਬ ਪੂਰੀ ਉਮਰ ਉਹਨੇ ਸਾਨੂੰ ਅੱਛਾ ਬਣਾਉਣੀ, ਪਿੰਡ ਪਿੰਡ ਜਾਈਏ ਵਿਚਾਰਨਾ, ਸੁੱਖ ਚ ਦੁੱਖ ਚ ਹਰ ਜਗ੍ਹਾ ਸ਼ਾਮਿਲ ਹੋਏ, ਲੇਕਿਨ ਉਹਦਾ ਰੂਪ ਸਾਨੂੰ ਇਹਦੇ ਚ ਨਜ਼ਰ ਆਇਆ ਕਰਦਾ। ਇਸ ਵਾਰੀ ਤੁਸੀਂ ਗਲਾਣੇ ਦੀ ਜ਼ਰੂਰਤ ਨਹੀਂ ਪਵੇ, ਤੁਸੀਂ ਖੁਦ ਸਮਝਦਾਰ ਹੋ, ਸਾਰੀ ਦੁਨੀਆ ਅੱਜ ਕੱਲ੍ਹ ਮਚੋਰ ਹੈ, ਹਰ ਬੰਦੇ ਪਤਾ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ, ਸਾਰੇ ਪਤਾ, ਕਿਉਂਕਿ ਬੱਚਾ ਇੰਟਰਨੈਟ ਸਾਰਾ ਕੁਛ ਚਲਾਦਾ, ਸੋਸ਼ਲ ਮੀਡੀਆ ਸਾਰਾ ਕੁਛ ਚੈੱਕ ਹੁੰਦਾ, ਲੇਕਿਨ ਫਿਰ ਵੀ ਤੁਸੀਂ ਇਸ ਵਾਰੀ ਜੇ ਅਗਰ ਮੌਕਾ ਨਹੀਂ ਦਿੱਤਾ ਤਾਂ ਸਮਝੋ ਤੁਸੀਂ ਬਿਲਕੁਲ ਮਿੱਟੀ। ਮੈਂ ਬਸ ਇੱਥੇ ਇਜਾਜ਼ਤ ਚਾਹੁੰਦਾ ਕਿ ਮਜੋਤਰਾ ਸਾਹਿਬ ਹੀ ਤੁਸੀਂ ਵਿਨਰ ਬਣਾਓ, ਸਾਡੀ ਮਾਤਾ ਭੈਣਾਂ
ਮੇਰੇ ਬਜ਼ੁਰਗ, ਵੱਡੇ ਭਰਾ, ਮੇਰੇ ਛੋਟੇ ਭਰਾ ਸਾਰੇ ਮੇਰੀ ਤਰਫਾਂ ਨਮਸਕਾਰ, ਜੈ ਭੀਮ, ਜੈ ਭਾਰਤ। ਦੇਖੋ ਇਲੈਕਸ਼ਨ ਦਾ ਟਾਈਮ ਹੈ, ਇਸ ਵੇਲੇ ਤੁਹਾਨੂੰ ਪਤਾ ਤੁਹਾਡੇ ਕੋਲ ਸਾਰਾ ਆਉਣਾ, ਹਰ ਬੰਦੇ ਨੇ, ਹਰ ਪਾਰਟੀ ਦੇ ਇਨਸਾਨ ਨੇ ਤੁਹਾਡੇ ਕੋਲ ਆਉਣਾ, ਔਰ ਉਹਨੇ ਤੁਹਾਨੂੰ ਆਪਣੇ ਆਪ ਦੀ ਕੋਸ਼ਿਸ਼ ਕਰਨੀ, ਤੁਹਾਨੂੰ ਇਹ ਸਮਝਾਉਣੇ ਦੀ ਵੀ ਤੁਸੀਂ ਕਿਉਂ ਆਉਣੀ ਵੋਟ ਪਾਓ। ਲੇਕਿਨ ਤੁਸੀਂ ਹੁਣ ਇਹ ਕੁਐਸਚਨ ਪੁੱਛਣਾ, ਜੋ ਕੁਛ ਅੱਜ ਤੁਸੀਂ ਗਲੀਆਂ ਨਾਲੀਆਂ ਦੱਸਾ ਦੇ, ਇਹ ਅੱਜ ਦੀ ਪ੍ਰੋਬਲਮ ਨਹੀਂ ਹੈ, ਪਿਛਲੇ 20 ਸਾਲਾਂ ਦੀ ਪ੍ਰੋਬਲਮ ਹੈ। ਕੰਮ ਸਾਡੇ ਇੱਥੇ ਕਿੰਨਾ ਕੁਛ ਹੋਇਆ, ਇਹ ਟਾਈਮ ਹੈ ਤੁਹਾਡਾ ਪੁੱਛਣੇ ਦਾ। ਮੈਂ ਸਿਰਫ ਇੰਨੀ ਗੱਲ ਆਖਾਂਗਾ, ਕਿਉਂਕਿ ਅੱਗੇ ਵੀ ਮੀਟਿੰਗ ਹੈ, ਅਸ ਆਲਰੇਡੀ ਥੋੜ੍ਹਾ ਲੇਟ ਚਲਾਣੇ। ਦੂਆ ਮੇਨ ਗੱਲ ਹੈ, ਇਹ ਸਾਡਾ ਗੋਬਿੰਦ ਸਰ ਜਿਹੜਾ ਹੈ, ਇਹ ਗੜ੍ਹ ਹੈ, ਇੱਥੇ ਹਰ ਬਰਾਦਰੀ, ਹਰ ਜਾਤ, ਹਰ ਜਿਹੜੇ ਧਰਮ ਦੇ ਲੋਕ ਨੇ, ਇਹ ਸ਼ੁਰੂ ਕੋਲਾ ਸਾਡੇ ਕੰਨਾਂ ਚੱਲੇ, ਇਸ ਲਈ ਸਾਰਿਆਂ ਦਾ ਆਸ਼ੀਰਵਾਦ ਸਾਡੇ ਕੰਨਾਂ ਚੱਲਾਂ ਦਾ। ਅਸ ਗੋਬਿੰਦ ਸਰ ਦੇ ਵਿੱਚ ਇਹ ਸ਼ਾਇਦ ਦੂਈ ਜਾਂ ਤ੍ਰੀ ਮੀਟਿੰਗ ਹੋਈ ਹੈ। ਮੈਂ ਚਾਹੁੰਦਾ ਵੀ ਇੱਕ ਹੁਣ ਤਲਾਅ ਦੇ ਉੱਪਰ ਵੱਡੀ ਮੀਟਿੰਗ ਹੋਈ ਹੈ, ਅਸ ਡੋਰ ਟੂ ਡੋਰ ਖਰਚਾ, ਇਹ ਤਾਂ ਹਰ ਘਰ ਕੀ ਟੱਚ ਖਰਚਾ, ਸਿਰਫ ਘੜੀ ਘੜੀ ਅਸ ਇੱਕ ਜਾਂ ਦੋ ਮਹੱਲੇ 'ਚ ਨਹੀਂ ਖਿੱਚਿਆ। ਇਹਦੇ ਇਲਾਵਾ ਸਾਡਾ ਇੱਕੋ ਕਲੀਅਰ ਕੱਟ ਮੀਟਿੰਗਾਂ ਕਰਨੇ ਦਾ ਜਾਂ ਇੱਕੋ ਉਦੇਸ਼ ਹੈ ਕਿ ਤੁਸੀਂ ਜਿੱਥੇ ਜਿੱਥੇ ਤੁਹਾਡੀ ਰਿਸ਼ਤੇਦਾਰੀ ਹੈ, ਜਿੱਥੇ ਜਿੱਥੇ ਤੁਹਾਡਾ ਹੱਥ ਪਾਉਂਦਾ, ਜਿੱਥੇ ਜਿੱਥੇ ਸਾਡੇ ਦੋਸਤ ਸੱਜਣ, ਸਾਡੇ ਸਕੂਲ ਕਾਲਜ ਅਸ ਕੰਮ ਕਰਦੇ ਹਾਂ, ਸਿਰਫ ਇਹ 10-15 ਦਿਨ ਜਿਹੜੇ ਬਚੇ ਨੇ, ਇਹ ਤੁਸੀਂ ਸਾਡੇ ਤਾਈਂ ਦੌੜ ਲਾਣੀ, ਸਾਡੇ ਤਾਈਂ ਵੋਟ ਅਰੇਂਜ ਕਰਨੇ, ਸਾਡੇ ਤਾਈਂ ਵੋਟ ਪਾਉਣੇ, ਤਾਂ ਕਿ ਆਉਣ ਵਾਲੇ 5 ਸਾਲ ਅਸ ਤੁਹਾਡੇ ਤਾਈਂ ਕੰਮ ਕਰਾਈ ਸਕਦਾ। ਔਰ ਤੁਹਾਡੇ ਇਹ ਜਿਹੜੇ ਸਾਡੇ ਗ੍ਰਾਂ ਦੇ ਨਿੱਕੇ ਨਿੱਕੇ ਮਸਲੇ ਨੇ, ਗਲੀਆਂ ਨਾਲੀਆਂ, ਪਾਣੀ ਜਾਂ ਪੰਚਾਇਤ ਘਰ ਜਾਂ ਛੋਟੀ ਮੋਟੀ, ਇਹ ਨਿੱਕੀ ਨਿੱਕੀ ਚੀਜ਼ਾਂ ਨੇ, ਪਾਵਰ ਦੇਣਾ ਤੁਹਾਡਾ ਕੰਮ ਹੈ। ਹੁਣ ਇਸ ਵੇਲੇ ਪਾਵਰ ਹੈ ਤੁਹਾਡੇ ਹੱਥ, 1 ਤਰੀਕ ਉਸ ਪਾਵਰ ਕੀ ਤੁਸੀਂ ਦੇਣਾ ਕਿਸੇ ਐਸੇ ਬੰਦੇ ਦੇ ਹੱਥ ਜਿਹੜਾ ਬੰਦਾ ਜਾ ਕੇ ਤੁਹਾਡਾ ਕੰਮ ਕਰਾ ਕੇ ਜਾਂ ਅਗਲੇ 5 ਸਾਲ ਤਾਈਂ ਗੈਪ ਹੋਊ, ਇਹ ਤੁਸੀਂ ਸੋਚਣਾ। ਅਗਰ ਤੁਸੀਂ 1 ਤਰੀਕ ਸਾਰੇ ਰਲੀਏ, ਬਗੈਰ ਜਾਤ ਬਰਾਦਰੀ, ਬਗੈਰ ਧਰਮ ਦੇ, ਬਗੈਰ ਕਹਾ ਊਂਚ ਨੀਚ ਦੇ, ਬਗੈਰ ਕਹਾ ਪਾਰਟੀ ਪੋਲਿਟਿਕਸ ਦੇ, ਅਗਰ ਤੁਸੀਂ ਹੱਥ ਦੇ ਨਿਸ਼ਾਨ ਦਾ ਬਟਨ ਦਬਾਉਂਦੇ ਹੋ, ਔਰ ਅਗਰ ਤੁਸੀਂ ਆਪਣਾ ਆਸ਼ੀਰਵਾਦ ਮੀਂਹ ਦਿੰਦੇ ਹੋ, ਮੈਂ ਵਾਅਦਾ ਕਰਨਾ ਤੁਹਾਨੂੰ ਪਹਿਲੇ ਸਾਲ ਦੇ ਵਿੱਚ ਇਹ ਤੁਹਾਡੀਆਂ ਮੁਸੀਬਤਾਂ ਦੂਰ ਕਰੀਆਂ ਦੱਸੇਗਾ। ਮੈਂ ਇਹਦੇ ਕੋਲ ਜ਼ਿਆਦਾ ਕੁਛ ਨਹੀਂ ਆਗਾ, ਬਸ ਇਹ ਅਪੀਲ ਕਰਕੇ ਤੁਹਾਡੇ ਤੋਂ, 1 ਤਰੀਕ ਵੋਟ ਹੈ, ਅੱਜ ਦਾ ਨਿਸ਼ਾਨ ਹੈ, ਤੁਸੀਂ ਦੱਬੀ ਹੈ ਵੋਟ ਪਾਉਣਾ, ਤਾਂ ਕਿ 8 ਤਰੀਕ ਜਿਹੜਾ MLA ਹੈ ਤੁਹਾਡਾ ਨਿਕਲਾ, ਤੁਹਾਡਾ MLA ਬਣੀਆ ਉਸ ਮਸ਼ੀਨੇ 'ਚ ਨਿਕਲਾ, ਔਰ ਆਉਣ ਵਾਲੇ 5 ਸਾਲ ਤਾਈਂ ਤੁਹਾਡੇ ਸਾਰੇ ਤਾਈਂ ਕੰਮ ਕਰਾਂ। ਜੈ ਭੀਮ, ਜੈ ਭਾਰਤ ਜੀ।